बीते दिनी सिंह साहिब जथेदार बाबा जरनैल सिंह जी जसा सिंह रामगढ़िया मिसल गुरद्वारा मैदियाणा साहिब जिसन लोग मैथियाणा के नाम नाल जानते हैं दे दर्शन दीदारी करन गुरद्वारा मैदियाणा लम्मा जटपुरा विखे पहुँचे। उत्थे जाके उन्हां दी हैरानी की कोई हद ना रही जदों उन्हां देखिया कि फर्शी पत्थर नाल हीरियां दी तस्वीर बना के गुरमुखी भाषा विच लिखिया है बहादुर शाह वालों पेंट किए हीरे हजूर साहिब की निशानी। सिंह साहिब अनुसार ये गल ठीक है कि मुगल बादशाह बहादुर शाह जफर वालों साहिब कमाल श्री गुरु गोबिंद सिंह जी ने हीरे भेंट किए गए सन, पर गुरद्वारा प्रबंधकों वालों इस निशाने को मत्था टेकन आईया संगतां दे पैरां विच उपर के गुरमुखी भाषा में अजिहे शब्द लिखना गुरुआं दे मुख विचों पैदा हुई गुरमुखी भाषा का अपमान है। क्योंकि मत्था टेकन आईया संगतां नूं इन्हां अक्खरां ते पैर रख के अगे जाना पैंदा है। जिवें तुसीं तस्वीरां विच देख सकते हो कि यह तस्वीर गुरु साहिब दे प्रकाश अस्थान वाले कमरे दे दरवाजे दे बिल्कुल सामने बनाई गई है अते संगतां कोल अंदर जाण लई होर कोई बदल भी नहीं है। गुरद्वारा प्रबंधक कमेटी नूं इस बारे जाणू भी करवाया गया पर अजे तक इस ते कोई अमल नहीं कीता गया। इस तों बिना होर भी कई खामियां पाईआं गईआं हन जिन्हां विचों हुक्मनामा जां होर शब्द लिखण समें अधिक दी वरतों करना। जथेदार बाबा जरनैल सिंह जी ने दस्सिया कि अधिक दी वरतों श्री गुरु ग्रंथ साहिब विच किते भी नहीं कीती गई क्योंकि अधिक नूं कलंकित मन्निया गया है जदों कि गुरद्वारा मैदियाणा साहिब विखे लगे बोर्डां अधिक दी वरतों आम वेखण नूं मिलदी है। इस तो बिना हुक्मनामा लिखण समय भी नन्ने अते नाणे शब्द नूं ध्यान विच नहीं रखिया जांदा। सिंह साहिब ने गुरद्वारा प्रबंधक कमेटी मैदियाणा नूं बेनती कीती है अपील कीती है कि इस शब्दावली नूं बदलिया जावे अते गुरमुखी भाषा का सन्मान किया जाए। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਖਾਲਸਾ ਪੰਥ ਦੇ ਗੁਰੂ ਪਿਤਾ ਜੀ ਇੱਥੇ 21 ਦਿਨ ਰਹੇ ਆ ਮਹਾਰਾਜ 21 ਦਿਨ ਰਹੇ ਆ ਮੈਂ ਜਟਪੁਰੇ ਤੇ ਢਾਬ ਤੇ ਮਹਾਰਾਜ ਇਸ਼ਨਾਨ ਕਰਨ ਵਾਸਤੇ ਆਉਂਦੇ ਸੀਗੇ ਇਸ਼ਨਾਨ ਕਰਕੇ ਫਿਰ ਲੰਮੇ ਜਟਪੁਰੇ ਚੱਲ ਜਾਂਦੇ ਰਹੇ ਆ। ਅੱਛਾ ਤੇ ਇੱਥੇ ਅਸੀਂ ਵੀ ਦਰਸ਼ਨ ਕਰਨ ਵਾਸਤੇ ਜਦ ਗਈ ਫੌਜ ਸਾਰੀ ਹਾਂਜੀ ਫੌਜਾਂ ਗਈਆਂ ਹਾਂਜੀ ਕੀ ਦੇਖਿਆ ਜਦ ਦਰਬਾਰ ਦੇ ਵਿੱਚ ਅਸੀਂ ਨਮਸਕਾਰ ਕਰਨ ਜਾਣ ਲੱਗੇ ਤੇ ਥੱਲੇ ਹਜ਼ੂਰ ਸਾਹਿਬ ਦੇਖਿਆ ਜੋ ਬਹਾਦਰ ਸ਼ਾਹ ਨੇ ਹੀਰੇ ਭੇਟ ਕੀਤੇ ਸੀ ਮਹਾਰਾਜ ਨੂੰ। ਹਾਂਜੀ ਹਾਂਜੀ ਅਤੇ ਉਹ ਹੁਣ ਉਹੀ ਅੱਖਰ ਨੇ ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਨਮਸਕਾਰਾਂ ਕਰਦੇ ਹਾਂ ਸਾਧ ਸੰਗਤ ਸਾਰੀ ਨਮਸਕਾਰ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ। ਹਾਂਜੀ ਬਾਬਾ ਜੀ ਅਤੇ ਉਹੀ ਗੁਰਮੁਖੀ ਅੱਖਰ ਗੁਰੂ ਦੇ ਮੁੱਖ 'ਚੋਂ ਆਏ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਮੁੱਖ 'ਚੋਂ ਉਚਾਰਨ ਕੀਤੇ ਗੁਰਮੁਖੀ ਅੱਖਰ ਨੇ। ਸਾਡਾ ਸਤਿਕਾਰ ਕਰਨਾ ਬਣਦਾ ਅੱਖਰਾਂ ਦਾ ਕਿੱਥੇ ਵੀ ਕਾਹੇ ਵੀ ਨੇ ਚਾਹੇ ਪੱਥਰ ਦੇ ਬਣਾਏ ਨੇ ਚਾਹੇ ਮਿੱਟੀ ਦੇ ਬਣਾਏ ਨੇ ਉਹ ਹਾਂਜੀ ਚਾਹੇ ਸ਼ਾਹੀ ਨਾਲ ਲਾਹੇ ਤੋਂ ਬਣਾਏ ਨੇ ਵੀ ਜਿੱਦਾਂ ਮਰਜ਼ੀ ਕੀਤੀ ਖੇਡ ਵੀ ਉਹ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਅਤੇ ਸਾਧ ਸੰਗਤ ਸਾਰੇ ਉਹ ਕਰਦੀ ਉੱਤੋਂ ਦੀ ਲੰਘ ਕੇ ਜਾਂਦੀ ਆ ਪੈਰ ਧਰ ਕੇ ਜਾਂਦੀ ਆ ਅਤੇ ਇਹਨਾਂ ਨੇ ਉਹ ਬੜਾ ਗਲਤ ਕੀਤਾ ਕੰਮ। ਹਾਂਜੀ ਗੁਰਦੁਆਰਾ ਪ੍ਰਬੰਧਕਾਂ ਨੇ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਹਿਲਾਂ ਵੀ ਵੀ ਬੇਨਤੀ ਕੀਤੀ ਵੀ ਤੁਸੀਂ ਇਹ ਠੀਕ ਕਰ ਲਓ ਵੀ ਦੋਨੋਂ ਬੇਅਦਬੀ ਨਾ ਕਰੋ ਗੁਰੂ ਸਾਹਿਬ ਦੀ ਅਤੇ ਸ਼ਬਦ ਗੁਰੂ ਅਵਤਾਰ ਦਾ ਸਤਿਕਾਰ ਕਰਨਾ ਬਣਦਾ ਸਾਰੀ ਸਾਧ ਸੰਗਤ ਜਿਹੜੀ ਜਾਂਦੀ ਆ ਵੀ ਤੁਸੀਂ ਸਾਰੇ ਦੋਸ਼ੀ ਬਣ ਰਹੇ ਇਸ ਗੱਲ ਦੇ ਵਿੱਚ। ਹਾਂਜੀ ਅਤੇ ਉਹ ਉਹਨਾਂ ਨੇ ਸਾਨੂੰ ਵਿਸ਼ਵਾਸ ਤਾਂ ਦਿੱਤਾ ਵੀ ਅਸੀਂ ਲਾ ਦਿਆਂਗੇ ਪਰ ਬਾਬਾ ਜੀ ਪਰ ਉਹਨਾਂ ਨੇ ਕੀਤਾ ਨਹੀਂ ਕਰ ਰਹੇ ਇੱਕ ਦਿਨ ਦਾ ਟਾਈਮ ਦੇ ਗਿਆ ਕਿ ਉਹਨਾਂ ਨੂੰ ਵੀ ਤੁਸੀਂ ਅੱਜ ਨਹੀਂ ਸਵੇਰੇ ਕਰਦੇ ਦੋ ਦਿਨ ਤੁਹਾਨੂੰ ਦੇ ਦਿੰਦੇ ਹਾਂ ਪਰ 4-5 ਦਿਨ ਬੀਤਣ ਤੋਂ ਬਾਅਦ ਵੀ ਉਹਨਾਂ ਦੇ ਕੰਮ 'ਤੇ ਜੂਨ ਨਹੀਂ ਫਰਕੀ। ਹਾਂਜੀ ਜੋ ਉਹਨਾਂ ਨੇ ਲਿਖਿਆ ਉੱਥੇ ਸ਼ਬਦ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਨਾਏ ਜੀ ਉਹ ਜੀ ਹੁਣ ਇਹ ਨਾਲੇ ਨਾਲ ਆਇਆ ਸਰਨਾਏ ਹਾਂ ਉਹਨਾਂ ਨੇ ਇੱਕ ਥਾਵੇਂ ਨਾਲੇ ਨਾਲ ਲਿਖਿਆ ਇੱਕ ਥਾਵੇਂ ਨੰਨੇ ਨਾਲ ਲਿਖਤਾ। ਹਾਂਜੀ ਅਤੇ ਇਹ ਆਪ ਹੀ ਤਾਂ ਘਲਾਮਲਾ ਕਰੀ ਜਾਂਦੇ ਸਾਡੇ ਜਿਹੜੇ ਪ੍ਰਬੰਧਕ ਨੇ। ਹਾਂਜੀ ਹਾਂਜੀ ਅਤੇ ਹੁਣ ਆਦਿ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੇ 1430 ਅੰਕ ਨੇ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਦੇ। ਹਾਂਜੀ ਉਹਦੇ ਵਿੱਚ ਅਧਿਕ ਕਿਤੇ ਲਾਈ ਨਹੀਂ ਮਹਾਰਾਜ ਨੇ ਗੁਰੂ ਸਾਹਿਬ ਨੇ ਜੀ ਅਤੇ ਅਧਿਕ ਜਿਹੜੀ ਇਹ ਚੰਦ ਦਾ ਰੂਪ ਹੈ ਚੰਦ ਕਲੰਕੀ ਆ ਇਸ ਕਰਕੇ ਮਹਾਰਾਜ ਨੇ ਅਧਿਕ ਨੂੰ ਵੜਨ ਨਹੀਂ ਦਿੱਤਾ ਚੰਦ ਨੂੰ ਵਿੱਚ। ਹਾਂਜੀ ਹਾਂ ਅਤੇ ਉਹ ਅਸੀਂ ਬੇਨਤੀ ਕਰਦੇ ਹਾਂ ਵੀ ਇਹਨੂੰ ਛੁੱਟ ਕੀਤਾ ਜਾਵੇ ਅੱਖਾਂ ਨੂੰ ਅਤੇ ਬੇਅਦਬੀ
ਆਪ ਹੀ ਕਰੀ ਜਾਂਦੀ ਸਾਡੀ ਸਾਧ ਸੰਗਤ ਦੂਏ ਬੰਦੇ ਤਾਂ ਜਿਵੇਂ ਕਰਦਾ ਜਿਹੜਾ ਅਨਪੜ੍ਹ ਕਰਦਾ ਸੀ ਗੁਰਦੁਆਰੇ ਜਿਹੜੇ ਅੰਦਰ ਪੜ੍ਹਦੇ ਅਖੰਡ ਪਾਠ ਕਰਦੇ ਅੰਦਰ ਬੈਠੇ ਲੜੀਆਂ ਲੱਗੀਆਂ ਉਹਨਾਂ ਦੇ ਵੀ ਚਾਰ ਸੁੱਟਣੀ ਗਾ ਹਾਂਜੀ ਹਾਂਜੀ ਗਾਲਾਂ ਵਾਲਾ ਕਰੀ ਜਾਂਦੇ ਆ ਦੱਸੋ ਇਹਨਾਂ ਦਾ ਲੋਕਾਂ ਦਾ ਧਿਆਨ ਕਿੱਧਰ ਗਿਆ ਧਿਆਨ ਤਾਂ ਮਾਇਆ ਸੀ ਜਾਵੜ ਇਹਨਾਂ ਦਾ ਚਾਹ ਸਤਿਗੁਰ ਕਿਆ ਕਰਾਂ ਅਸੀਂ ਚਾਰ ਸੁੱਟ ਕਰਾਂਗੇ ਸਾਡੇ ਤੇ ਕਿਰਪਾ ਗੁਰੂ ਤਾਂ ਕਰੂਗਾ ਨਾ ਹਾਂਜੀ ਹਾਂਜੀ ਜੇ ਵਿਚਾਰ ਨਾ ਨਹੀਂ ਕਰਦੇ ਅਸੀਂ ਗੁਰੂ ਦੇ ਅੰਕਰ ਇਹ ਜਿੰਨੇ ਸਹਿਰੀਆਂ ਪੈਰੀਆਂ ਉੱਪਰ ਦਲੈਂਕਰ ਨੇ ਜਿਹੜੇ ਹਾਂਜੀ ਇਹ ਗੁਰੂ ਸਾਹਿਬ ਦੇ ਅਰੋਮ ਨੇ ਜੀ ਗੁਰੂ ਸਾਹਿਬ ਦੇ